ਇਹ ਸਟੀਰੀਓ ਫੋਰਮ ਤੋਂ ਬਣਿਆ ਜਾਦੂਈ ਬਲੌਕ ਤਿੰਨ ਅਲੱਗ ਅਲੱਗ ਸ਼ਕਲਾਂ ਦੀਆਂ ਖਿੜਕੀਆਂ ਵਿੱਚੋਂ ਲੰਘ ਸਕਦਾ ਹੈ। ਗੋਲ, ਚਕੋਰ ਅਤੇ ਤ੍ਰਿਕੋਣ। 6 ਸੈਂਟੀਮੀਟਰ ਕੋਨੇ ਵਾਲਾ ਸਟਾਇਰੋਫੋਰਮ ਦਾ ਕਿਊਬ ਲਵੋ। ਦੋ ਪਾਸਿਆਂ 'ਤੇ 20 ਨੌਚ ਅਤੇ ਗੋਲਾ ਬਣਾ ਲਵੋ। ਇੱਕ ਤਿੱਖਾ ਚਾਕੂ ਲੈ ਕੇ 20 ਨੌਚ ਦੇ ਦੋ ਪਾਸੇ ਟੇਢੇ ਕੱਟ ਲਵੋ। ਫਿਰ ਬਲੌਕ ਸੈਂਡ ਪੇਪਰ ਉੱਤੇ ਰਗੜੋ ਤਾਂ ਕਿ ਇੱਕ ਪਾਸਾ ਗੋਲ ਅਤੇ ਦੂਜਾ ਚਕੋਰ ਅਤੇ ਤੀਜਾ ਤ੍ਰਿਕੋਣ ਬਣ ਜਾਵੇ। ਤੁਸੀਂ ਦੇਖ ਸਕਦੇ ਹੋ ਕਿ ਬਲੌਕ ਦਾ ਇੱਕ ਪਾਸਾ ਤ੍ਰਿਕੋਣ, ਦੂਜਾ ਲਗਭਗ ਚਕੋਰ ਅਤੇ ਤੀਜਾ ਗੋਲ ਹੈ। ਹੁਣ ਤੁਸੀਂ ਇਸ ਜਾਦੂਈ ਬਲੌਕ ਨੂੰ ਲਵੋ ਅਤੇ ਪਹਿਲਾਂ ਇਸ ਨੂੰ ਗੋਲੇ ਵਿੱਚੋਂ ਲੰਘਾਓ, ਫਿਰ ਚਕੋਰ ਵਿੱਚੋਂ ਅਤੇ ਅੰਤ ਵਿੱਚ ਤ੍ਰਿਕੋਣ ਵਿੱਚੋਂ ਲੰਘਾਓ। ਅਸੀਂ ਸਟਾਇਰੋਫੋਰਮ ਇਸ ਲਈ ਲਿਆ ਹੈ ਕਿਉਂਕਿ ਇਸ ਦੀ ਸ਼ਕਲ ਬਦਲਣਾ ਆਸਾਨ ਹੈ।